ਇਹ ਆਕਾਸ਼ਵਾਣੀ ਜੰਮੂ ਹੈ। ਸੰਨਿਆ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕਰਨੇ ਮੈਂ ਵਿਜੇ ਬਜਾਜ। ਦਿੱਲੀ ਦੀ ਅਨਾਜ ਮੰਡੀ ਚ ਅੱਜ ਬੱਡਲੇ ਅੱਗ ਲੱਗਣ ਵਾਲੀ ਇਕ ਵੱਡੀ ਵਾਰਦਾਤ ਚ 43 ਜਣੇ ਮਾਰੇ ਗਏ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸ ਹਾਦਸੇ ਪਰ ਦੁੱਖ ਬੁੱਝਿਐ। ਲੈਫਟੀਨੈਂਟ ਗਵਰਨਰ ਹੁੰਦੇ ਸਲਾਹਕਾਰ ਕੇ ਕੇ ਸ਼ਰਮਾ ਹੋਰੇ ਉਦਯੋਗ ਭਵਨ ਦਾ ਦੌਰਾ ਲਾਈਏ ਵੈਸ਼ਵਿਕ ਪੂੰਜੀ ਨਿਵੇਸ਼ਕਾਂ ਦੀ ਬੈਠਕ ਗਿੱਤੇ ਕੀਤੀ ਜਾ ਰਹੀ ਤਿਆਰੀਆਂ ਦਾ ਜਾਇਜ਼ਾ ਲੈਤਾ। ਨਾਗਰਿਕਤਾ ਸੰਸ਼ੋਧਨ ਵਿਧੇਇਕ ਕੱਲ ਲੋਕ ਸਭਾ ਚ ਪੇਸ਼ ਕੀਤਾ ਜਾਗ। ਇਹਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਚ ਮਜ਼ਹਬੀ ਸਤਾਥ ਮਾ ਬਚੀਏ ਭਾਰਤ ਆਏ ਦੇ ਗੈਰ ਮੁਸਲਮਾਨ ਰਿਫਿਊਜੀਆਂ ਦੀ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਾਵਧਾਨ ਹੈ ਤੇ ਜੰਮੂ ਪੁਲਿਸ ਹੈ ਮਹਿਲਾਵਾਂ ਲਈ ਵਿਸ਼ੇਸ਼ ਹੈਲਪਲਾਈਨ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਉਹ ਰਾਤੀ ਲਈ ਵੀ ਸੁਰੱਖਿਅਤ ਤਰੀਕੇ ਨਾਲ ਸਫ਼ਰ ਕਰ ਸਕਣ। ਹੁਣ ਖਬਰਾਂ ਦੀ ਤਫਸੀਲ ਕਰਨੇ ਪ੍ਰੋਮਿਲਾ ਜੰਵਾਲ। ਨਵੀਂ ਦਿੱਲੀ ਦੇ ਅਨਾਜ ਮੰਡੀ ਇਲਾਕੇ ਚ ਅੱਜ ਬੱਡਲੇ ਇਕ ਫੈਕਟਰੀ ਚ ਅੱਗ ਲੱਗਣੇ ਦੀ ਵੱਡੀ ਘਟਨਾ ਚ ਘੱਟੋ ਘੱਟ 43 ਜਣੇ ਦੀ ਮੌਤ ਹੋਈ ਗਈ ਹੈ। ਇਕ ਰਿਹਾਇਸ਼ੀ ਇਲਾਕੇ ਚ ਚਲਾਈ ਜਾ ਰਹੀ ਇਸ ਫੈਕਟਰੀ ਦੇ ਅੰਦਰ ਹਾਦਸੇ ਵੇਲੇ 50 ਸ਼ਾ ਮਤੇ ਲੋਕ ਹੈ। ਇਮਾਰਤ ਅੰਦਰ ਫਸੇ ਦੇ ਕਈ ਜਣੇ ਦੀ ਬਚਾਈਏ ਇਲਾਜ ਲਈ ਹਸਪਤਾਲ ਭਜਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨੇ ਲੀਡਰੇ ਦਿੱਲੀ ਚ ਅੱਗ ਲੱਗਣੇ ਦੀ ਘਟਨਾ ਪਰ ਦੁੱਖ ਜ਼ਾਹਰ ਕਰਦੇ ਹੋਏ ਪੀੜਿਤ ਪਰਿਵਾਰਾਂ ਕਨੇ ਹਮਦਰਦੀ ਵੀ ਜਤਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਜੇ ਫੌਰੀ ਆਧਾਰ ਪਰ ਸਭੈ ਲੋਟ ਦੀ ਮਦਦ ਉਪਲਬਧ ਕਰਵਾਈ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ ਲੋਕ ਸਭਾ ਚ ਨਾਗਰਿਕਤਾ ਸੰਸ਼ੋਧਨ ਵਿਧੇਇਕ ਪੇਸ਼ ਕਰਨਗੇ ਜਿਹਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਗੈਰ ਮੁਸਲਿਮ ਰਿਫਿਊਜੀਆਂ ਦੀ ਭਾਰਤੀ ਨਾਗਰਿਕਤਾ ਦੇਣੇ ਦਾ ਪ੍ਰਾਵਧਾਨ ਹੈ। ਉਥੇ ਇੰਦੇ ਪਰ ਕੀਤੇ ਜਾ ਰਹੇ ਇਹ ਲੋਕ ਆਪਣੇ ਆਪਣੇ ਮੁਲਕਾਂ ਸ਼ਾ ਉਥੇ ਇੰਦੇ ਪਰ ਕੀਤੇ ਜਾ ਰਹੇ ਮਜ਼ਹਬੀ ਸਤਾ ਥਮਾਂ ਬਚਣੇ ਲਈ ਭਾਰਤ ਆਏ ਦਿਨ। ਦੁਪਹਿਰੀ ਮਗਰਾ ਗ੍ਰਹਿ ਮੰਤਰੀ 6 ਦਹਾਕੇ ਪੁਰਾਣੇ ਨਾਗਰਿਕਤਾ ਕਾਨੂੰਨ ਚ ਤਰਮੀਮ ਲਿਆਉਣ ਲਈ ਵਿਧੇਇਕ ਪੇਸ਼ ਕਰਨਗੇ ਤੇ ਮਗਰਾ ਇਹਦੇ ਪਰ ਚਰਚਾ ਕਰੀਏ ਇਸੀ ਪਾਸ ਕੀਤਾ ਜਾਗ। ਨਾਗਰਿਕਤਾ ਸੰਸ਼ੋਧਨ ਵਿਧੇਇਕ 2019 ਮੁਜਬ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਥਮਾਂ 31 ਦਸੰਬਰ 2014 ਤੱਕ ਮਜ਼ਹਬੀ ਸਤਾ ਕਰੀ ਭਾਰਤ ਆਏ ਦੇ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਤੇ ਈਸਾਈ ਸਮੁਦਾਇਆਂ ਦੇ ਲੋਕਾਂ ਦੀ ਗੈਰ ਕਾਨੂੰਨ ਅਪ੍ਰਵਾਸੀ ਨਹੀਂ ਸਮਝਿਆ ਜਾਗ। ਰਿਆਸੀ ਦੀਆਂ ਡਿਪਟੀ ਕਮਿਸ਼ਨਰ ਇੰਦੂ ਕਮਲ ਚਿਬ ਤੇ ਖਾਦੀ ਗ੍ਰਾਮੋਦਯੋਗ ਆਯੋਗ ਦੇ ਰਾਜ ਨਿਦੇਸ਼ਕ ਡੀ ਐਸ ਭਾਟੀ ਹੋਰੇ ਅੱਜ ਜ਼ਿਲ੍ਹਾ ਮੁਖਿਆਲੇ ਚ ਮਿੱਟੀ ਦੇ ਭਾਂਡੇ ਬਣਾਉਣ ਗੀ ਤੇ ਇਸਤੇਮਾਲ ਚ ਆਉਣੇ ਵਾਲੇ ਬਿਜਲੀ ਕੰਨੇ ਚੱਲਣ ਵਾਲੇ ਚਾਕ ਲੋਕਾਂ ਦੇ ਸਪੁਰਦ ਕੀਤੇ। ਲਾਭਕਾਰੀਆਂ ਗੀ ਖਾਦੀ ਗ੍ਰਾਮੋਦਯੋਗ ਆਯੋਗ ਪਾਸੇ ਸਿਖਲਾਈ ਦੇਣੇ ਮਗਰਾ ਬੜੇ ਮਤੇ ਰਿਆਇਤੀ ਭਾਈ ਪਰ ਇਹ ਚਾਕ ਦਿੱਤੇ ਗਏ। ਬੀਏ ਲਾਭਕਾਰੀਆਂ ਗੀ ਰਸਮੀ ਤੌਰ ਪਰ ਇਕ ਸਮਾਰੋਹ ਲਵਾਈਏ ਬਿਜਲੀ ਕੰਨੇ ਚੱਲਣ ਵਾਲੇ ਚਾਕ ਸੌਂਪੇ ਗਏ। ਡਿਪਟੀ ਕਮਿਸ਼ਨਰ ਹੋਰੇ ਦਸਿਆ ਜੇ ਸਿਖਲਾਈ ਤੇ ਚਾਕ ਯੋਗ ਉਮੀਦਵਾਰਾਂ ਚ ਸਵ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ। ਉਨੇ ਆਖਿਆ ਜੇ ਇਹਦੇ ਨੇ ਜ਼ਿਲ੍ਹੇ ਚ ਇੱਕੇ ਬਾਰੀ ਵਰਤੂਨ ਚ ਆਉਣ ਵਾਲੇ ਪਲਾਸਟਿਕ ਦੀ ਮਰਹਲੇਵਾਰ ਢੰਗ ਨੇ ਖਤਮ ਕਰਨੇ ਚ ਮਦਦ ਥੋਗ। ਸਾਡੇ ਸੰਵਾਦਦਾਤਾ ਕੰਨੇ ਗੱਲ ਕਰਦੇ ਹੋਏ ਉਨੇ ਆਖਿਆ ਪੁਰਾਣੀ ਰੀਤ ਇਹ ਥੀ ਕਿ ਹਮ ਲੋਕ ਮਿੱਟੀ ਕੇ ਬਰਤਨੋਂ ਮੇ ਹੀ ਖਾਣਾ ਖਾਤੇ ਥੇ ਔਰ ਉਸਕੋ ਫਿਰ ਦੁਬਾਰਾ ਸੇ ਜਬ ਆਪ ਮਿੱਟੀ ਮੇ ਡਾਲਤੇ ਹੋ ਤੋ ਦੇਰ ਇਜ਼ ਨੋ ਪੋਲਿਊਸ਼ਨ ਐਸ ਸੱਚ। ਔਰ ਦੂਸਰੀ ਬਾਤ ਇਹ ਹੈ ਕਿ ਹਮਾਰੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਸਖਤੀ ਸੇ ਔਰ ਸਭ ਲੋਗੋਂ ਕੋ ਇੱਕ ਬਹੁਤ ਹੀ ਸਪੈਸੀਫਿਕ ਗਾਈਡਲਾਈਨ ਦੇਣੇ ਕੀ ਕੋਸ਼ਿਸ਼ ਕੀ ਹੈ ਕਿ ਆਪ ਜੋ ਹਮਾਰਾ ਇੱਕ ਬਾਰ ਇਸਤੇਮਾਲ ਕਰਨੇ ਵਾਲਾ ਪਲਾਸਟਿਕ ਹੈ ਉਸ ਰੀਤ ਕੋ ਤੋੜਨਾ ਹੈ। ਤੋ ਇਸੀ ਚੀਜ਼ ਕੋ ਆਗੇ ਬੜਾਤੇ ਹੋਏ ਹਮਨੇ ਖਾਦੀ ਵਿਲੇਜ ਇੰਡਸਟਰੀਜ਼ ਕਮਿਸ਼ਨ ਕੀ ਤਰਫ ਸੇ ਕੁਮਹਾਰ ਜੋ ਪੋਟਰੀ ਹੈ ਇਸ ਚੀਜ਼ ਕੋ ਹਮ ਲੋਗ ਬੜਾਵਾ ਦੇ। ਭਾਰਤੀ ਚਿਕਿਤਸਾ ਪੱਧਤੀ ਆਈਐਸਐਮ ਦੇ ਡਾਇਰੈਕਟਰ ਡਾ ਮੋਹਨ ਸਿੰਘ ਹੋਰੇ ਭੱਦਰਵਾਹ ਦਾ ਦੌਰਾ ਲਾਈਏ। ਉਥੇ ਭੱਦਰਵਾਹ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਰਜਿੰਦਰ ਖਜੂਰੀਆ ਤੇ ਤਹਿਸੀਲਦਾਰ ਜ਼ੀਸ਼ਾਨ ਮਨਾਸੁੰਦਰ ਨੇ ਬੈਠਕ ਲਾਈ। ਇਸ ਮੌਕੇ ਮਤੀ ਉਚਾਈ ਪਰ ਪਾਏ ਜਾਣ ਵਾਲੇ ਪੌਦਿਆਂ ਸਬੰਧੀ ਇਦਾਰਾ ਕਾਇਮ ਕਰਨ ਲਈ ਹੱਦਬੰਦੀ ਵਾਲੀ ਸਰਕਾਰੀ ਜ਼ਿਮੀ ਦੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ ਗਈ। ਆਈਐਸਐਮ ਦੇ ਡਾਇਰੈਕਟਰ ਹੋਰੇ ਕਿਸ਼ਤਵਾੜ ਦਾ ਵੀ ਦੌਰਾ ਲਾਇਆ ਤੇ ਉਥੋਂ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਤੇ ਪੀਡਬਲਿਊਡੀ ਦੇ ਐਗਜ਼ੈਕਟਿਵ ਇੰਜੀਨੀਅਰ ਹੁੰਦੇ ਨੇ ਮਲਾਟੀ ਕਰੀਏ 50 ਬਿਸਤਰੇ ਦੀ ਸਮਰੱਥਾ ਲਈ ਕਿਸ਼ਤਵਾੜ ਆਯੂਸ਼ ਹਸਪਤਾਲ ਤੋੜੀ ਸੜਕ ਸੰਪਰਕ ਬਾਰੇ ਗੱਲਬਾਤ ਕੀਤੀ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਹੋਰੇ ਉਨ੍ਹਾਂ ਨੂੰ ਯਕੀਨ ਦੁਆਇਆ ਜੇ ਇਸ ਸਬੰਧ ਚ ਸਭੇ ਜ਼ਰੂਰੀ ਗੈਂ ਪੁੱਟੀਆਂ ਜਾਂਗਨ। ਆਈਐਸਐਮ ਦੇ ਡਾਇਰੈਕਟਰ ਹੋਰੇ ਡੋਡਾ, ਕਿਸ਼ਤਵਾੜ ਤੇ ਰਾਮਬਨ ਜ਼ਿਲ੍ਹੇ ਦੇ ਮੈਡੀਕਲ ਅਫਸਰਾਂ ਕੰਨੇ ਵੀ ਬੈਠਕ ਲਾਈ ਹੈ। ਦਵਾਈਆਂ ਦੀ ਦਸਤਿਆਬੀ, ਸਰਕਾਰੀ ਰਿਕਾਰਡਾਂ ਲਈ ਦਸਤਾਵੇਜ਼ਾਂ ਦੇ ਰੱਖ ਰਖਾਓ ਤੇ ਆਈਐਸਐਮ ਦੀਆਂ ਡਿਸਪੈਂਸਰੀਆਂ ਦੀ ਨਵੇਂ ਸਿਰਿਆ ਤਿਆਰ ਕਰਨੇ ਸਬੰਧੀ ਮਾਮਲੇ ਪਰ ਚਰਚਾ ਕੀਤੀ। ਸਾਡੇ ਸੰਵਾਦਦਾਤਾ ਕੰਨੇ ਗੱਲਬਾਤ ਕਰਦੇ ਹੋਏ ਆਈਐਸਐਮ ਦੇ ਡਾਇਰੈਕਟਰ ਡਾ ਮੋਹਨ ਸਿੰਘ ਹੋਰੇ ਆਖਿਆ ਮੇਰਾ ਡੋਡਾ ਕਾ, ਬਦਰਵਾ ਕਾ, ਕਿਸ਼ਤਵਾੜ ਕਾ ਵਿਜ਼ਿਟ ਥਾ ਜਿਸ ਮੇ ਹਮਨੇ ਡਿਸਟ੍ਰਿਕਟ ਡੋਡਾ
और डिस्ट्रिक्ट रामबन के जितने भी मेडिकल ऑफिसर्स आयुर्वेदिक डिस्पेंसरीज एंड यूनानी डिस्पेंसरीज में पोस्टेड हैं उन लोगों को बुलाया था। हमारी तरफ से इंस्ट्रक्शंस थी डायरेक्टरेट की तरफ से, एडमिनिस्ट्रेटिव डिपार्टमेंट की तरफ से, वो हमने इनको कन्वे की। हमने इनको डिसिप्लिन के प्रति, अवेलेबिलिटी ऑफ द डॉक्टर के प्रति या मेडिसिन की अवेलेबिलिटी के रिगार्डिंग, ये चीजें हमने इनको एम्फेसाइज की। जम्मू कश्मीर दे मते हिस्सें च सीत पदी गेदा। श्रीनगर च कल इस मौसम दी उन्ने तोड़ी दी सबने शा ठंडी रात रही। जम्मू च घट्टो घट्ट तापमान 2 डिग्री हेठ रुलकी है 8 डिग्री सेल्सियस तक जाई पुज्जा। जम्मू प्रांत दे रियासी जिले च वैष्णो देवी जाने आले श्रद्धालुएं दे आधार शिविर कटरा च तापमान 8.2 डिग्री सेल्सियस रहा। पच्छमी गड़बड़ी दे चलदे आउंदे बुधवारें ताजा बर्फबारी ते बरखा पई सकदी है। कश्मीर घाटी च कने कोरे करी अज लगातार दुए ध्याड़े भी सब्बै बाई डोआरियां रद्द करनियां पईयां। ट्रैफिक पुलसा दे इंस्पैक्टर जनरल आलोक कुमार होरें आखेआ ऐ जे कश्मीर घाटी गी मुल्खै दे बाकी हिस्सें कन्नै जोड़ने आली जम्मू श्रीनगर राष्ट्रीय जरनैली सिड़कै पर अज्ज गड्डियें दी आओजाई मुअत्तल रखी गेई तां जे सिड़कै दा रख रखाव करने आली एजेंसियां जरूरी मरम्मत आले कम्मै गी अंजाम देई सकन। श्रीनगर ते जम्मू दौनें बक्खी दा छड़ा सुरक्षा बलें दिएं गड्डियें गी गै औने जाने दी खुल्ल दित्ती गेई। रामबन सैक्टर च पिछले दिनें बड़ी भारी पस्सियां पौने कारण जरनैली सड़कै गी नुकसान पुज्जा हा। ओह्दी मरम्मती करने ते सुरक्षा बलें दिएं गड्डियें दी निर्विघ्न आओजाई यकीनी बनाने लेई एह गैं पुट्टी गेई ऐ। तोआई जोजीला पास ते कन्नै लगदे होरने इलाकें च भारी बर्फबारी कारण जंदी 27 नवंबर थमां बंद पेदी 434 किलोमीटर लम्मी श्रीनगर ले राष्ट्रीय जरनैली सड़कै गी अज्ज बड्डलै इक तरफा आओजाई लेई खोलिया गेआ ऐ। एह खबरां तुस आकाशवाणी जम्मू परा सुनार्दे ओ। हुन बाकी दिएं खबरें कन्नै विजय बजाज। लेफ्टिनेंट गवर्नर हुंदे सलाहकार के शर्मा होरें जम्मू कश्मीर च रास पूंजी लाने आह्लें लेई जम्मू च लगने आह्ले कुल संसारी शिखर सम्मेलन लेई कीती जा'रदी तैयारिएं दा जायजा लैने गितै अज्ज उद्योग भवन दा दौरा लाया। उद्योग ते बपार मैह्कमे दे प्रधान सचिव नवीन कुमार चौधरी, उद्योग विभाग जम्मू दे डायरेक्टर ते होर दुए सीनियर ऐह्लकार बी इस मौके उत्थे मौजूद हे। इस शिखर सम्मेलन लेई उद्योगें सरबंधी मैह्कमे आसेआ कीती जा'रदी तैयारिएं दा जायजा लैंदे होई सलाहकार होरें ऐह्लकारें गी निर्देश दित्ते जे ओह इस सम्मेलन गी कामयाब बनाने लेई सब्बै मुमकिन जतन करन। उनें आखेआ जे एह शिखर सम्मेलन उद्योगें सरबंधी सैक्टर लेई बड़ा कारी दा साबत होग ते एह्दे कन्नै केन्द्र शासित प्रदेश च योग्य नौजवानें लेई रोजगार दे मौके बी पैदा होंगन। सलाहकार होरें आखेआ जे सरकारै जम्मू कश्मीर च उद्यम कारखानादारी सरबंधी गतिविधिएं गी बढ़ावा देने आस्तै केई हीले कीते न जिनेंगी उद्योगें सरबंधी मैह्कमे आसेआ पूरी कामयाबी कन्नै लागू बी कीता जा'रदा ऐ। जम्मू पुलसै राती लै इक्कली महिलाएं गी पुलस सुरक्षा च उंदे घर पुजाने लेई विशेष हैल्पलाइन गड्डी दी सेवा शुरू कीती ऐ। रेलवे स्टेशन या फ्ही बस अड्डे पर उतरने दे बाद जेकर कोई महिला असुरक्षित महसूस करती है तां ओह इस हैल्पलाइन दी सुविधा हासल करी सकदी है। इस बारे च फोन कॉल आने पर पुलस फोन आली लोकेशन पर तुरत पुज्जी जाग ते महिला गी ओह्दे घर पजाई दित्ता जाग। जम्मू दे एसएसपी तेजिंदर सिंह होरें पत्रकारें गी इस बारे जानकारी दिंदे होई आखेआ जे एह सेवा राती 10 बजे कोला लेइयै बड्डलै 5 बजे तक्कर उपलब्ध होग ते एह्दे लेई लोड़मंद महिला गी 1091 या फ्ही 100 नंबर पर डायल करना होग। खजाना मंत्री निर्मला सीतारमण होरें आखेआ जे सरकार अर्थव्यवस्था गी तगड़ा बनाने लेई आमदन टैक्स दिएं रिटर्नें गी युक्तिसंगत बनाने सने होर बी केई गैंई पर कम्म करा'रदी ऐ। नमीं दिल्ली च इक कार्यक्रम दौरान भाषण दिंदे होई खजाना मंत्री होरें आखेआ जे सरकार दा मकसद टैक्सें सरबंधी प्रणाली गी होर मता साद्दा सखल्ला बनाना ऐ। सीतारमण होरें इब्बी आखेआ जे सरकारै अर्थव्यवस्था गी उबड़ा चुक्कने आस्तै जंदे अगस्त ते सितंबर दे म्हीने दौरान केई हीले कीते न। खजाना मंत्री होरें लोकें गी यकीन दोआया जे टैक्स अदा करने आह्लें गी कुसै किस्मै दी कोई परेशानी नेईं होग। जम्मू कश्मीर स्पोर्ट्स ताइकवांडो एसोसिएशन आसेआ अज्ज ताइकवांडो प्रतियोगिता दा आयोजन कीता गेआ जिस दौरान केइएं विद्यार्थिएं गी सर्टिफिकेट ते सम्मान दित्ते गे। प्रतियोगिता दे समापन समारोह दौरान वक्ताएं अभिभावकें ते सिविल सोसायटी पर जोर पाया जे ओह अपने बच्चें अंदर खेड्डें दी भावना विकसित करन। सूचना ते जनसंपर्क मैह्कमे दियां डायरैक्टर डॉ सैयद सहरिश जेहड़ियां कार्यक्रम दियां मुक्ख परौहणियां हियां होरें विद्यार्थिएं दे जीवन च खेड्डें दे महत्व पर लोह पाई। उनें आखेआ जे विद्यार्थिएं दे जीवन च जिन्ना पढ़ाई लिखाई दा महत्व ऐ खेड्डां भी उन्नियां गै महत्वपूर्ण न। इस प्रतियोगिता च जम्मू जिले दे कुल 12 स्कूलें थमां तकरीबन 156 विद्यार्थिएं हिस्सा लैता। दिल्ली दी अनाज मंडी च अज्ज बड्डलै अग्ग लगने आली इक बड्डी वारदात च 43 जने मारे गे। राष्ट्रपति रामनाथ कोविंद ते प्रधानमंत्री नरेन्द्र मोदी होरें इस हादसे पर दुख पुज्जेआ। लेफ्टिनेंट गवर्नर हुंदे सलाहकार के शर्मा होरें उद्योग भवन दा दौरा लाइयै वैश्विक पूंजी निवेशकें दी बैठक गितै कीती जा'रदी तैयारिएं दा लैता जायजा। नागरिकता संशोधन विधेयक
कल लोकसभा च पेश कीता जाग। एदे तहत पाकिस्तान बंगलादेश ते अफगानिस्तान च मजहबी सतह थमां बचियै भारत आए दे गैर मुसलमान रिफ्यूजियें गी भारतीय नागरिकता देने दा प्रावधान ऐ। ते जम्मू पुलसै महिलाएं लेई विशेष हेल्पलाइन गड्डियें दी सेवा शुरू कीती ऐ तां जे ओह रातीं लै बी सुरक्षित तरीके नै सफर करी सकन। खबरें दे इस बुलेटिन च बस इन्ना गै।